ਮੈਨੂੰ ਮਾਫ ਕਰ ਦੇ ਮੇਰੀ ਬੱਚੀ, ਕਿੱਥੇ ਮੈਂ ਤੈਨੂੰ ਫੁੱਲਾਂ ਵਾਂਗ ਰੱਖਣਾ ਚਾਹੁੰਦੀ ਸੀ ਤੇ ਕਿੱਥੇ ਪੈਰ ਪੈਰ ਤੇ ਤੇਰੇ ਕੰਡੇ ਚੁੱਭੀ ਜਾਂਦੇ ਨੇ। ਮੈਂ ਤਾਂ ਚਾਹੁੰਦੀ ਸੀ ਕਿ ਛੇਤੀ ਨਾਲ ਉੱਥੇ ਆ ਕੇ ਤੈਨੂੰ ਆਪਣੇ ਸੀਨੇ ਨਾਲ ਲਾ ਲਵਾਂ, ਪਰ ਕੀ ਕਰਾਂ ਮੇਰੀ ਬੱਚੀ ਹੈ, ਮੇਰਾ ਬਸ ਹੀ ਨਹੀਂ ਹੈਗਾ। ਹੇ ਮਾਤਾ ਰਾਣੀ, ਮੇਰਾ ਸਹਾਰਾ ਬਣੀ, ਮੇਰੀ ਧੀ ਕੋਲ ਪਹੁੰਚਣ ਦਾ ਮੈਨੂੰ ਰਸਤਾ ਵਿਖਾਈ। ਭਾਵਨੀ ਭਾਬੀ, ਸਿਮਰਨ ਦੀਦੀ, ਪਲੀਜ਼ ਕਿਸੇ ਵੀ ਤਰ੍ਹਾਂ ਦਰਵਾਜ਼ੇ ਨੂੰ ਖੋਲੋ, ਤੁਹਾਨੂੰ ਪਤਾ ਮੈਂ ਆਪਣੀ ਧੀ ਕੋਲ ਜਾਵਾਂ, ਉਹਦੀ ਤਬੀਅਤ ਹੋਰ ਖਰਾਬ ਹੁੰਦੀ ਜਾ ਰਹੀ ਹੈ, ਕੁਝ ਵੀ ਕਰਕੇ ਮੈਨੂੰ ਇੱਥੋਂ ਕੱਢੋ ਪਲੀਜ਼ ਦੀਦੀ। ਭਾਬੀ ਮੈਂ ਤੁਹਾਡਾ ਦੁੱਖ ਸਮਝ ਸਕਦੀ ਹਾਂ, ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਤੁਹਾਡੀ ਮਦਦ ਕਰਾਂ ਤੇ ਕਿਵੇਂ ਕਰਾਂ। ਲਾਜੋ ਬੋ ਤੁਹਾਨੂੰ ਬਾਹਰੋਂ ਲੌਕ ਕਰਕੇ ਚਲੇ ਗਏ ਨੇ ਤੇ ਮੇਹਰ ਦੀ ਤਬੀਅਤ ਵਿਗੜੀ ਜਾ ਰਹੀ ਹੈ। ਸੋਚ ਸੋਚ ਕੇ ਤੇ ਮੇਰਾ ਆਪਣਾ ਦਿਲ ਘਬਰਾਈ ਜਾਂਦਾ ਹੈ। ਹੋਰ ਤੇ ਹੋਰ ਰਾਜੂ ਭੂਆ ਤੇ ਡੁਪਲੀਕੇਟ ਚਾਬੀਆਂ ਦਾ ਗੁੱਛਾ ਵੀ ਆਪਣੀ ਛਾਤੀ ਦੇ ਨਾਲ ਲਾ ਕੇ ਸੌਂਦੇ ਨੇ। ਤੁਸੀਂ ਹੁਣੇ ਕੀ ਕਿਹਾ ਦੀਦੀ? ਇਹੋ ਕਿ ਲਾਜੋ ਭੂਆ ਡੁਪਲੀਕੇਟ ਚਾਬੀਆਂ ਦਾ ਗੁੱਛਾ ਵੀ ਆਪਣੀ ਛਾਤੀ ਦੇ ਨਾਲ ਲਾ ਕੇ ਸੌਂਦੇ ਨੇ। ਦੀਦੀ ਤੁਹਾਨੂੰ ਭੂਆ ਜੀ ਨੇ ਰਾਤ ਦੀ ਰੋਟੀ ਬਣਾਉਣ ਨੂੰ ਕਿਹਾ ਨਾ? ਹਾਂ ਭਾਬੀ। ਫਿਰ ਮੈਨੂੰ ਪਤਾ ਹੈ ਕਿ ਆਪਾਂ ਕੀ ਕਰ ਸਕਦੇ ਹਾਂ। ਮੇਰੀ ਗੱਲ ਧਿਆਨ ਨਾਲ ਸੁਣਿਓ। ਹਾਂ ਹਾਂ ਭਾਬੀ ਮੈਂ ਸੁਣ ਰਹੀ ਹਾਂ। ਦੀਦੀ ਆਲੇ ਦੁਆਲੇ ਦੇਖ ਲਓ, ਕੋਈ ਹੈਗਾ ਤਾਂ ਨਹੀਂ? ਨਹੀਂ ਭਾਬੀ, ਕੋਈ ਵੀ ਨਹੀਂ ਹੈ। ਤੇ ਸੁਣੋ ਫਿਰ, ਰਸੋਈ ਵਿੱਚ ਜਿਹੜਾ ਮਸਾਲਿਆਂ ਵਾਲਾ ਸ਼ੈਲਫ ਹੈ, ਉਹਦੇ ਤੇ ਇੱਕ ਕੱਚ ਦੀ ਸ਼ੀਸ਼ੀ ਹੈਗੀ, ਹਰੇ ਰੰਗ ਦਾ ਢੱਕਣ ਹੈ ਉਹਦਾ, ਤੇ ਉਹਦੇ ਚ ਪੱਤੇਦਾਰ ਮਸਾਲਾ ਹੈਗਾ, ਜਮਾ ਕਸੂਰੀ ਮੇਥੀ ਵਰਗਾ। ਹਾਂ ਭਾਬੀ, ਪਰ ਕੀ ਕਰਨਾ ਹੈ ਉਹਦਾ? ਦੀਦੀ ਇਹ ਜਿਹੜੀ ਵੀ ਸਬਜ਼ੀ ਤੁਸੀਂ ਭੂਆ ਜੀ ਲਈ ਬਣਾਓਗੇ ਨਾ, ਉਹਦੇ ਚ ਕਸੂਰੀ ਮੇਥੀ ਦੀ ਥਾਂ ਇੱਕ ਚਮਚ ਭਰ ਕੇ ਉਹ ਮਸਾਲਾ ਪਾ ਦੇਣਾ। ਉਹ ਐਕਚੁਅਲੀ ਥਕਾਨ ਉਤਾਰਨ ਵਾਲੀ ਇੱਕ ਆਯੁਰਵੈਦਿਕ ਮੈਡੀਸਿਨ ਹੈਗੀ ਹੈ ਜੋ ਮੈਂ ਹੀ ਲੈ ਕੇ ਆਈ ਸੀ। ਉਹਦੇ ਨਾਲ ਬੋਡੀ ਇੱਕਦਮ ਰਿਲੈਕਸ ਹੋ ਜਾਂਦੀ ਹੈ ਤੇ ਬੜੀ ਗਹਿਰੀ ਨੀਂਦ ਆਉਂਦੀ ਹੈ। ਹੁਣ ਮੇਰੇ ਕੋਲੋਂ ਜ਼ਿਆਦਾ ਤਾਂ ਭੂਆ ਜੀ ਉਹਨੂੰ ਯੂਜ਼ ਕਰਦੇ ਨੇ। ਬਸ ਕਿਸੇ ਵੀ ਤਰ੍ਹਾਂ ਅੱਜ ਤੁਸੀਂ ਉਹਨਾਂ ਨੂੰ ਉਹ ਖਵਾ ਦਿਓ ਤੇ ਫਿਰ ਉਹਨਾਂ ਨੂੰ ਗਹਿਰੀ ਨੀਂਦ ਆ ਜਾਣੀ ਹੈ, ਔਰ ਤੁਸੀਂ ਛੇਤੀ ਨਾਲ ਉਹ ਚਾਬੀਆਂ ਦਾ ਗੁੱਛਾ ਲਿਆ ਕੇ ਮੈਨੂੰ ਉੱਥੋਂ ਬਾਹਰ ਕਰ ਦੇਣਾ। ਠੀਕ ਹੈ ਭਾਬੀ, ਤੁਸੀਂ ਫਿਕਰ ਨਾ ਕਰੋ, ਮੈਂ ਐਵੇਂ ਹੀ ਕਰਾਂਗੀ। ਬਸ ਭੂਆ ਜੀ ਇਹ ਛੋਲਿਆਂ ਦੀ ਸਬਜ਼ੀ ਖਾ ਲੈਣ ਤੇ ਮੇਰਾ ਕੰਮ ਵੀ ਥੋੜ੍ਹਾ ਆਸਾਨ ਹੋ ਜਾਵੇਗਾ। ਪਤਾ ਨਹੀਂ ਮੇਰੀ ਬੱਚੀ ਕਿਹੜੇ ਹਾਲ 'ਚ ਹੋਣੀ ਆ, ਪਤਾ ਨਹੀਂ ਕੁਝ ਖਾਧਾ ਵੀ ਹੋਣਾ ਉਹਨੇ ਕਿ ਨਹੀਂ। ਹਾਂਜੀ ਮੈਮ, ਤੁਸੀਂ ਮੇਹਰ ਨੂੰ ਲੈਣ ਪਹੁੰਚ ਰਹੇ ਹੋ ਨਾ ਮੈਮ? ਹਾਂਜੀ ਮੈਮ। ਰੀਅਲੀ ਸੋਰੀ ਮੈਮ, ਮੈਂ ਤੁਹਾਨੂੰ ਬਾਰ ਬਾਰ ਫੋਨ ਕਰ ਰਹੀ ਹਾਂ, ਮੈਨੂੰ ਪਤਾ ਹੈ ਕਿ ਇਹ ਤੁਹਾਡੀ ਧੀ ਹੈ ਕਿ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਉਹਦਾ ਫਿਕਰ ਹੈ, ਪਰ ਕੀ ਕਰੀਏ ਮੈਮ, ਉਹਦੀ ਤਬੀਅਤ ਵਿਗੜਦੀ ਜਾ ਰਹੀ ਹੈ ਅਤੇ ਉਹ ਬਾਰ ਬਾਰ ਤੁਹਾਡਾ ਨਾਂ ਲੈ ਰਹੀ ਹੈ। ਪਲੀਜ਼ ਜਿੰਨੀ ਛੇਤੀ ਹੋ ਸਕਦਾ ਤੁਸੀਂ ਇੱਥੇ ਆ ਕੇ ਉਹਨੂੰ ਲੈ ਜਾਓ। ਅਸੀਂ ਨਹੀਂ ਚਾਹੁੰਦੇ ਮੈਮ ਕਿ ਸਾਡੇ ਕਿਸੇ ਵੀ ਸਟੂਡੈਂਟ ਦੀ ਤਬੀਅਤ ਇੰਨੀ ਖਰਾਬ ਹੋ ਜਾਏ ਅਤੇ ਕੱਲ੍ਹ ਨੂੰ ਸਾਡੇ ਹੋਸਟਲ ਮੈਨੇਜਮੈਂਟ ਦੇ ਉੱਤੇ ਕੋਈ ਸਵਾਲ ਆ ਜਾਏ। ਹਾਂਜੀ ਮੈਮ, ਮੈਂ ਕਿੱਦਾਂ ਵੀ ਕਰਕੇ, ਮੇਰਾ ਮਤਲਬ ਮੈਂ ਛੇਤੀ ਤੋਂ ਛੇਤੀ ਉਹਨੂੰ ਲੈਣ ਆ ਰਹੀ ਹਾਂ, ਬਸ ਤੁਸੀਂ ਥੋੜ੍ਹੀ ਹੋਰ ਦੇਰ ਉਹਦਾ ਧਿਆਨ ਰੱਖ ਲਿਓ ਪਲੀਜ਼, ਅਤੇ ਨਾਲੇ ਉਹਨੂੰ ਕਹਿ ਦੇਣਾ
ਕਿ ਉਹਦੀ ਮੰਮਾ ਆ ਰਹੀ ਹੈ ਉਹਨੂੰ ਘਰ ਵਾਪਸ ਲਿਜਾਉਣ ਲਈ। ਬਸ ਥੋੜੀ ਦੇਰ ਹੌਸਲਾ ਰੱਖੇ। ਓਕੇ। ਕੈਸੇ ਹਾਲਾਤ ਹੋ ਗਏ ਨੇ, ਮੇਰੇ ਕੋਲੋਂ ਆਪ ਸਬਰ ਨਹੀਂ ਹੋ ਰਿਹਾ ਤੇ ਮੈਂ ਇੱਕ ਮਾਸੂਮ ਜਿਹੀ ਬੱਚੀ ਨੂੰ ਸਬਰ ਰੱਖਣ ਲਈ ਕਹਿ ਰਹੀ ਹਾਂ। ਬਸ ਭੂਆ ਜੀ ਉਹ ਦਵਾਈ ਵਾਲੀ ਸਬਜ਼ੀ ਖਾ ਗਏ ਹੋਣ। ਕਿਹਾ ਟੁੱਟੇ ਹੱਥਾਂ ਨਾਲ ਕੰਮ ਕਰਦੀ ਹੈ ਤੂੰ, ਇੰਨੀ ਦੇਰ ਲਾਤੀ ਰੋਟੀ ਲਿਆਉਣ ਨੂੰ। ਉਹ ਭੂਆ ਜੀ ਅਸਲ 'ਚ ਮੈਂ ਨਾ 2 ਸੀਟੀਆਂ ਵੱਧ ਲਵਾ ਲਈਆਂ ਸੀ, ਕਈ ਵਾਰ ਛੋਲੇ ਗਲਦੇ ਨਹੀਂ ਹੁੰਦੇ ਨਾ। ਚੱਲ ਰੱਖ ਦੇ ਹੁਣ, ਕਿਆ ਬੁਰਕੀ ਤੋੜ ਕੇ ਮੇਰੇ ਮੂੰਹ 'ਚ ਪਾ ਕੇ ਜਾਏਂਗੀ। ਮੇਰੇ ਮੂੰਹ ਤੇ ਪਾਗਲ ਲਿਖਿਆ, ਤੈਨੂੰ ਕੀ ਲੱਗਿਆ ਤੂੰ ਜੋ ਵੀ ਦੇਂਗੀ ਮੈਂ ਉਹੀ ਖਾ ਲਾਂਗੀ। ਆਹੀ ਕੁਛ ਸਿਖਾਇਆ ਤੈਨੂੰ ਪਾਵਨੀ ਨੇ? ਜੇ ਸਿੱਖਣ ਲੱਗੀ ਆ ਤਾਂ ਕੁਛ ਦਿਮਾਗ ਨਾਲ ਤਾਂ ਸਿੱਖ ਲੈਂਦੀ। ਮਰ ਗਈ ਮੈਂ ਤਾਂ, ਭੂਆ ਜੀ ਨੂੰ ਤਾਂ ਬੁਰਕੀ ਖਾਂਦੀ ਪਤਾ ਚੱਲ ਗਿਆ ਕਿ ਇਹਦੇ ਵਿੱਚ ਮੈਂ ਕੁਛ ਮਿਲਾਇਆ ਹੈ। ਉਹ ਭੂਆ ਜੀ ਉਹ ਨਾ, ਤੈਨੂੰ ਕੀ ਲੱਗਿਆ ਕਿ ਬਿਨਾਂ ਲੂਣ ਤੋਂ ਮੈਨੂੰ ਛੋਲੇ ਮੇਰੇ ਗਲ ਚੋਂ ਲੰਘ ਜਾਣਗੇ? ਤੈਨੂੰ ਪਾਵਨੀ ਨੇ ਇਹ ਨਹੀਂ ਸਿਖਾਇਆ ਕਿ ਸਬਜ਼ੀ 'ਚ ਲੂਣ ਵੀ ਪਾਈਦਾ ਹੁੰਦਾ? ਉਹ ਭੂਆ ਜੀ ਛੇਤੀ ਛੇਤੀ ਵਿੱਚ ਭੁੱਲ ਗਈ ਹੋਣੀ ਆ, ਮੈਂ ਹੁਣੇ ਪਾ ਦਿੰਨੀ ਆ। ਹਾਏ ਮੇਰੇ ਤਾਂ ਸਾਹ ਹੀ ਸੁੱਕ ਗਏ ਸੀ। ਗੱਲ ਸੁਣ ਨੀ ਸਿਮਰਨ, ਮੈਂ ਚੱਲੀ ਆ ਆਪਣੇ ਕਮਰੇ 'ਚ। ਅੱਜ ਪਤਾ ਨੀ ਮੈਨੂੰ ਨੀਂਦ ਕਿਉਂ ਇੰਨੀ ਜ਼ਿਆਦਾ ਆਈ ਜਾਂਦੀ ਆ। ਆ ਮੇਰੀ ਦਵਾਈ ਫੜਾ ਹੀ ਕਮਰੇ 'ਚ, ਨਾਲੇ ਕੋਸਾ ਪਾਣੀ, ਕਿਤੇ ਬਿਨਾਂ ਖਾਧਿਆਂ ਹੀ ਨਾ ਦਵਾਈ ਮੈਂ ਸੌਂ ਜਾਵਾਂ। ਮੈਂ ਲੈ ਕੇ ਆਉਂਦੀ ਆ। ਭਾਬੀ ਹਾਂਜੀ ਦੀ, ਕੀ ਰਿਹਾ? ਭਾਬੀ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਕਰ ਦਿੱਤਾ। ਭੂਆ ਜੀ ਦੇ ਛੋਲਿਆਂ ਦੀ ਸਬਜ਼ੀ ਵਿੱਚ ਮੈਂ ਦਵਾਈ ਮਿਲਾ ਦਿੱਤੀ ਹੈ, ਹੁਣ ਭੂਆ ਜੀ ਸੌਣ ਚਲੇ ਗਏ ਨੇ। ਸ਼ੁਕਰ ਹੈ ਮਾਤਾ ਰਾਣੀ ਤੇਰਾ, ਬਸ ਹੁਣ ਉਹਨਾਂ ਨੂੰ ਛੇਤੀ ਨਾਲ ਨੀਂਦ ਆ ਜਾਣੀ ਹੈ ਤੇ ਫਿਰ ਤੁਸੀਂ ਜਾ ਕੇ ਚਾਬੀਆਂ ਦਾ ਗੁੱਛਾ ਲੈ ਆਉਣਾ ਤੇ ਮੈਨੂੰ ਇੱਥੋਂ ਕੱਢ ਲੈਣਾ, ਹੁਣ ਟਾਈਮ ਬਹੁਤ ਘੱਟ ਹੈ। ਦੀਦੀ ਛੁਟਕੂ ਦੀ ਤਬੀਅਤ ਹੋਰ ਵਿਗੜਦੀ ਜਾ ਰਹੀ ਹੈ। ਸਭ ਠੀਕ ਹੋ ਜਾਣਾ ਭਾਬੀ ਜੀ, ਮੈਂ ਬਸ ਹੁਣੇ ਗਈ ਤੇ ਚਾਬੀ ਲੈ ਕੇ ਆਈ। ਮਾਤਾ ਰਾਣੀਏ ਹੁਣ ਬਸ ਸਭ ਕੁਛ ਤੇਰੇ ਹੱਥਾਂ ਵਿੱਚ ਹੈ, ਮੈਨੂੰ ਛੁਟਕੂ ਦੇ ਹੋਸਟਲ ਲਈ ਛੇਤੀ ਨਿਕਲਣਾ। ਮੈਂ ਰੱਖੀ ਸਕਦੀਆਂ ਨੇ ਚਾਬੀਆਂ।
ਮੈਨੂੰ ਤਾਂ ਕਿਤੇ ਵੀ ਦਿਖਾਈ ਨਹੀਂ ਦੇ ਰਹੀਆਂ ਚਾਬੀਆਂ। ਕਿਤੇ ਭੂਆ ਜੀ ਨੇ ਚਾਬੀਆਂ ਕਿਤੇ ਹੋਰ ਤਾਂ ਨਹੀਂ ਰੱਖ ਦਿੱਤੀਆਂ? ਹੋਵੇ ਮਾਤਾ ਰਾਣੀ ਦੀ। ਮਦਦ ਕਰ ਮਾਤਾ ਚਿੰਤਪੁਰਨੀ ਹੈ, ਆਪਣੇ ਭਗਤਾਂ ਦੀ ਲਾਜ ਰੱਖੀ। ਬਸ ਸਿਮਰਨ ਦੀਦੀ ਨੂੰ ਚਾਬੀਆਂ ਲੱਭ ਜਾਣ। ਭਾਬੀ ਜੀ, ਮਾਤਾ ਰਾਣੀ ਦੀ ਮਿਹਰ ਹੋ ਗਈ ਹੈ ਸਾਡੇ ਤੇ। ਮਾਤਾ ਰਾਣੀ ਨੇ ਤੁਹਾਡੀ ਅਰਦਾਸ ਸੁਣ ਲਈ। ਸੱਚੀ ਦੀਦੀ, ਤੁਹਾਨੂੰ ਚਾਬੀਆਂ ਮਿਲ ਗਈਆਂ? ਹਾਂ ਹਾਂ ਭਾਬੀ ਜੀ, ਚਾਬੀਆਂ ਮਿਲ ਗਿਆ ਨੇ। ਤੇ ਭੂਆ ਜੀ ਨੂੰ ਜ਼ਰਾ ਵੀ ਭਨਕ ਨਹੀਂ ਲੱਗੀ, ਉਹਦਾ ਕੂਕ ਸੁੱਤੇ ਪਏ ਨੇ। ਹੁਣ ਤੁਸੀਂ ਜਾ ਕੇ ਮੇਹਰ ਨੂੰ ਇਸ ਘਰ ਵਿੱਚ ਵਾਪਿਸ ਲੈ ਕੇ ਆ ਸਕਦੇ ਹੋ। ਤੇਰਾ ਲੱਖ ਲੱਖ ਸ਼ੁਕਰ ਹੈ, ਉੱਚੀਆਂ ਜੋਤਾਂ ਵਾਲੀ। ਨਾ ਸਿਮਰਨ ਦੀਦੀ, ਇੱਕ ਗਲਤੀ ਨਾ ਕਰ ਦਿਓ ਦੁਬਾਰਾ। ਸਿਮਰਨ ਦੀਦੀ, ਇਹਦੀ ਮਦਦ ਕਰਨ ਦੀ ਗਲਤੀ ਨਾ ਕਰ ਦਿਓ। ਕਰਨ ਜੀ ਨੇ ਆਪ ਇਹਦੀ ਧੀ ਨੂੰ ਇਸ ਘਰੋਂ ਦੂਰ ਭੇਜਿਆ, ਕਿਉਂਕਿ ਉਹ ਮੰਨਤ ਲਈ ਖਤਰਾ ਬਣਦੀ ਜਾ ਰਹੀ ਸੀ। ਮੰਨਤ ਇਸ ਖਾਨਦਾਨ ਦਾ ਅਸਲੀ ਖੂਨ ਹੈ, ਪਰ ਜਿਹਦੇ ਕੋਲੋਂ ਵੀ ਮੰਨਤ ਨੂੰ ਖਤਰਾ ਮਹਿਸੂਸ ਹੋਏਗਾ ਨਾ, ਉਹਨੂੰ ਇਸ ਘਰੋਂ ਦੂਰ ਜਾਣਾ ਪਏਗਾ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ, ਪਾਪਨੀ ਦੀ ਮਦਦ ਕਰਕੇ ਤੁਸੀਂ ਮੰਨਤ ਦੇ ਦੁਸ਼ਮਣ ਬਣ ਜਾਓਗੇ। ਔਰ ਇਸ ਵਕਤ ਤਾਂ ਮੰਮੀ ਜੀ ਸੁੱਤੇ ਪਏ ਨੇ, ਕਿ ਤੁਸੀਂ ਚਾਹੁੰਦੇ ਹੋ ਕਿ ਜਦੋਂ ਉੱਠਣ ਤੇ ਤੁਹਾਨੂੰ ਇਸ ਘਰੋਂ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਵੇ। ਬੋਲੋ ਨਾ ਕਿ ਤੁਸੀਂ ਖੁਰਾਨਿਆਂ ਦੇ ਦੁਸ਼ਮਣ ਬਣਨਾ ਚਾਹੁੰਦੇ ਹੋ, ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸਮੇਤ ਤੁਹਾਨੂੰ ਚੁੱਕ ਕੇ ਇਸ ਘਰੋਂ ਬਾਹਰ ਕੱਢ ਦਿੱਤਾ ਜਾਵੇ। ਨਹੀਂ ਨਾ, ਤੇ ਗਲਤੀ ਦੁਬਾਰਾ ਕਦੇ ਨਾ ਕਰਿਓ। ਐਂਡ ਪਲੀਜ਼ ਡੋਨਟ ਮਾਈਂਡ, ਕਰਨ ਜੀ ਦੇ ਖਿਲਾਫ ਮੈਂ ਕਿਸੇ ਨੂੰ ਵੀ ਨਹੀਂ ਜਾਣ ਦਿਆਂਗੀ। ਕਿਸੇ ਨੂੰ ਵੀ ਨਹੀਂ ਦਾ ਮਤਲਬ ਕਿਸੇ ਨੂੰ ਵੀ ਨਹੀਂ, ਓਕੇ? ਮੋਨਾ, ਐਵੇਂ ਨਾ ਕਰ, ਐਵੇਂ ਨਾ ਕਰ ਮੇਰੇ ਨਾਲ। ਤੈਨੂੰ ਪਤਾ ਹੈ ਮੇਰੀ ਧੀ ਦੀ ਤਬੀਅਤ ਠੀਕ ਨਹੀਂ ਹੈ। ਉੱਥੇ ਮੇਰਾ ਰਸਤਾ ਵੇਖ ਰਹੀ ਹੋਵੇਗੀ। ਦਰਵਾਜ਼ਾ ਖੋਲ ਦੇ ਮੋਨਾ, ਐਵੇਂ ਨਾ ਕਰ, ਦਰਵਾਜ਼ਾ ਖੋਲ ਦੇ। ਪਲੀਜ਼ ਮੈਨੂੰ ਜਾ ਲੈਣ ਦੇ ਮੋਨਾ, ਦਰਵਾਜ਼ਾ ਖੋਲ ਦੇ। ਮਨਪ੍ਰੀਤ ਜੀ, ਮੈਮ ਕੁਛ ਸੁਧਾਰ ਹੋਇਆ ਬੱਚੀ ਦੀ ਹਾਲਤ ਵਿੱਚ? ਨਹੀਂ ਹੋ ਰਿਹਾ ਮੈਮ, ਦਵਾਈਆਂ ਜਦੋਂ ਦਿੰਦੇ ਹਾਂ ਉਦੋਂ ਬੁਖਾਰ ਉਤਰ ਜਾਂਦਾ, ਲੇਕਿਨ ਜਿਵੇਂ ਹੀ ਦਵਾਈ ਦਾ ਅਸਰ ਖਤਮ ਹੁੰਦਾ ਬੁਖਾਰ ਫੇਰ ਚੜ ਜਾਂਦਾ।
ਮਤਲਬ ਇਹ ਹੈ ਕਿ ਕੰਡੀਸ਼ਨ ਹਜੇ ਖਰਾਬ ਹੀ ਹੈ। ਜੀ ਹਾਂ ਮੈਮ, ਜਦੋਂ ਵੀ ਉੱਠਦੀ ਹੈ ਆਪਣੇ ਬੈਗ 'ਚੋਂ ਮਾਤਾ ਰਾਣੀ ਦੀ ਫੋਟੋ ਕੱਢਦੀ ਹੈ ਅਤੇ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ। ਬਾਰ ਬਾਰ ਇਹੀ ਕਹਿੰਦੀ ਹੈ ਕਿ ਹੇ ਮਾਤਾ ਰਾਣੀ, ਮੈਨੂੰ ਮੇਰੀ ਮਾਂ ਨਾਲ ਮਿਲਾ ਦਿਉ, ਮੈਂ ਹੁਣ ਉਹਨਾਂ ਤੋਂ ਦੂਰ ਨਹੀਂ ਰਹਿ ਸਕਦੀ, ਜਿਵੇਂ ਮਰਜ਼ੀ ਕਰੋ ਮੈਨੂੰ ਮੇਰੀ ਮਾਂ ਦੇ ਨਾਲ ਮਿਲਾ ਦਿਉ। ਸੱਚੀ ਮੈਮ, ਹੁਣ ਤਾਂ ਇਸ ਬੱਚੀ ਦੀ ਹਾਲਤ ਮੇਰੇ ਕੋਲੋਂ ਵੀ ਨਹੀਂ ਦੇਖੀ ਜਾਂਦੀ, ਇਹਦੀ ਇਸ ਹਾਲਤ ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਜਾਂਦਾ, ਬੜਾ ਤਰਸ ਆ ਰਿਹਾ ਮੈਮ ਇਸ 'ਤੇ। ਮਨਪ੍ਰੀਤ, ਸੱਚ ਦੱਸਾਂ, ਹੁਣ ਮੈਨੂੰ ਵੀ ਇਹਦੇ ਉੱਤੇ ਬਹੁਤ ਤਰਸ ਆ ਰਿਹਾ, ਪਰ ਮੈਨੂੰ ਇਹਦੇ ਘਰਦਿਆਂ ਦੀ ਸਮਝ ਹੀ ਨਹੀਂ ਆਉਂਦੀ। 2.5 ਦਿਨ ਹੋ ਗਏ ਨੇ ਉਹਨਾਂ ਨੂੰ ਇਨਫੋਰਮ ਕੀਤੇ, ਪਰ ਉਹਨਾਂ ਵੱਲੋਂ ਕੋਈ ਰਿਸਪੋਂਸ ਹੀ ਨਹੀਂ ਆਇਆ, ਨਾ ਕੋਈ ਇਹਨੂੰ ਮਿਲਣ ਆਇਆ। ਮੈਨੂੰ ਤਾਂ ਲੱਗਦਾ ਹੈ ਉਹ ਤਾਂ ਇੱਦਾਂ ਦਿਖਾ ਰਹੇ ਨੇ ਜਿਵੇਂ ਕਿ ਇਹ ਉਹਨਾਂ ਵਾਸਤੇ ਕੋਈ ਬੋਝ ਹੈ ਅਤੇ ਇਹਨੂੰ ਹੋਸਟਲ ਭੇਜ ਕੇ ਉਹਨਾਂ ਨੇ ਆਪਣੇ ਸਿਰ ਤੋਂ ਬਹੁਤ ਵੱਡਾ ਕੋਈ ਬੋਝ ਲਾ ਦਿੱਤਾ। ਮੇਰਾ ਤਾਂ ਆਪ ਬੜਾ ਸਰ ਦੁੱਖ ਰਿਹਾ ਮਨਪ੍ਰੀਤ। ਤੁਸੀਂ ਸੁੱਤੇ ਵੀ ਤਾਂ ਨਹੀਂ ਮੈਮ, ਤੁਸੀਂ ਹਰ 2.5 ਘੰਟੇ ਬਾਅਦ ਇਸ ਬੱਚੀ ਨੂੰ ਦੇਖਣ ਲਈ ਆ ਰਹੇ ਸੀ। ਮੇਰੀ ਇੱਕ ਗੱਲ ਮੰਨੋ ਮੈਮ, ਤੁਸੀਂ ਹੁਣ ਥੋੜ੍ਹਾ ਆਰਾਮ ਕਰ ਲਓ, ਪੇਨ ਕਿਲਰ ਲੈ ਕੇ ਥੋੜ੍ਹੀ ਦੇਰ ਸੋ ਜਾਓ। ਪੇਨ ਕਿਲਰ ਨਾਲ ਕੁਛ ਨਹੀਂ ਹੋਣਾ ਮਨਪ੍ਰੀਤ, ਤੂੰ ਇੱਦਾਂ ਕਰ, ਮੇਰੇ ਵਾਸਤੇ ਨਾ ਕੋਈ ਨੀਂਦ ਦੀ ਗੋਲੀ ਲਿਆ, ਤਾਂ ਹੀ ਮੈਨੂੰ ਨੀਂਦ ਆਊਗੀ। ਹੁਣੇ ਲਿਆਉਂਦੀ ਆ ਮੈਮ। ਸੁਣ ਮਨਪ੍ਰੀਤ, ਇੱਦਾਂ ਕਰੀ, ਇਹਦੇ ਵਾਸਤੇ ਨਾ 2 ਪੈਰਾਸੀਟਾਮੋਲ ਦੀ ਗੋਲੀ ਲਿਆ, ਅਤੇ ਨਾਲੇ ਜੋ ਵੀ ਤੂੰ ਇਹਨੂੰ ਮੈਡੀਸਿਨ ਦਿੱਤੀ ਹੈ ਨਾ, ਫਾਈਲ ਵਿੱਚ ਨੋਟ ਕਰ ਲਈ, ਸੋ ਦੈਟ ਜਦੋਂ ਇਹਦੇ ਘਰ ਵਾਲੇ ਆਉਣ ਸਾਡੇ ਕੋਲ ਪੂਰਾ ਰਿਕਾਰਡ ਹੋਵੇ ਕਿ ਅਸੀਂ ਇਹਨੂੰ ਕੀ ਦਵਾਈ ਦਿੱਤੀ ਹੈ। ਠੀਕ ਹੈ? ਠੀਕ ਹੈ ਮੈਮ। ਮੈਂ ਦਰਵਾਜ਼ਾ ਹੀ ਤੋੜ ਦੇਣਾ। ਹੌਸਲਾ ਰੱਖੀ ਮੇਰੀ ਬੱਚੀ, ਬਸ ਹਿੰਮਤ ਨਾ ਹਾਰੀ, ਮੈਂ ਤੇਰੇ ਕੋਲ ਆਵਾਂਗੀ, ਛੇਤੀ ਆਵਾਂਗੀ, ਜ਼ਰੂਰ ਆਵਾਂਗੀ, ਬਸ ਮੈਨੂੰ ਥੋੜ੍ਹਾ ਜਿਹਾ ਟਾਈਮ ਹੋਰ ਦੇ ਦੇ, ਥੋੜ੍ਹੀ ਜਿਹੀ ਹੋਰ ਦੇਰ ਤੂੰ ਆਪਣਾ ਖਿਆਲ ਖੁਦ ਰੱਖ ਲੈ, ਮੈਂ ਤੈਨੂੰ ਲੈਣ ਛੇਤੀ ਆਵਾਂਗੀ। ਹੇ ਮਾਤਾ ਰਾਣੀ, ਮੈਨੂੰ ਰਾਹ ਵਿਖਾ, ਆਪਣੀ ਧੀ ਕੋਲ ਜਾਣ ਦਾ ਕੋਈ ਰਾਸਤਾ ਤਾਂ ਆਖੋ, ਮਿਹਰ ਕਰੋ। ਤਾਪ ਤਾਂ ਵੱਧਦਾ ਹੀ ਜਾ ਰਿਹਾ, ਲੱਗਦਾ ਹੁਣ ਦਵਾਈ ਦਾ ਵੀ ਅਸਰ ਨਹੀਂ ਹੋ ਰਿਹਾ। ਵਿਚਾਰੀ ਬੱਚੀ, ਮਾਤਾ ਰਾਣੀ ਤੁਸੀਂ ਮੇਰੀ ਹਰ ਗੱਲ ਸੁਣਦੇ ਹੋ, ਫਿਰ ਇਸ ਵਾਰ ਕਿਉਂ ਨਹੀਂ ਸੁਣ ਰਹੇ, ਕਿਉਂ ਨਹੀਂ ਭੇਜ ਰਹੇ ਤੁਸੀਂ ਮੇਰੀ ਮਾਂ ਨੂੰ ਮੇਰੇ ਕੋਲ? ਮੈਂ ਤਾਂ ਨਿੱਕੇ ਹੁੰਦਿਆਂ ਤੋਂ ਆਪਣੀ ਮਾਂ ਲਈ ਤਰਸਦੀ ਰਹੀ ਹਾਂ, ਹੁਣ ਜਦੋਂ ਮੇਰੀ ਮਾਂ ਮੈਨੂੰ ਮਿਲੀ ਹੈ ਤਾਂ ਫਿਰ ਤੁਸੀਂ ਉਹਨੂੰ ਮੇਰੇ ਤੋਂ ਦੂਰ ਕਰ ਦਿੱਤਾ। ਕਿਉਂ ਮਾਤਾ ਰਾਣੀ, ਕਿਉਂ? ਤੁਹਾਨੂੰ ਪਤਾ ਹੈ ਕਿ ਮਾਤਾ ਰਾਣੀ, ਮੈਂ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ ਹਾਂ, ਔਰ ਮੈਂ ਉਹਨਾਂ ਤੋਂ ਦੂਰ ਨਹੀਂ ਰਹਿ ਸਕਦੀ। ਪਲੀਜ਼ ਮਾਤਾ ਰਾਣੀ, ਪਲੀਜ਼ ਉਹਨਾਂ ਨੂੰ ਮੇਰੇ ਤੋਂ ਦੂਰ ਨਾ ਕਰੋ। ਮਨਪ੍ਰੀਤ, ਤੁਹਾਨੂੰ ਪ੍ਰਿੰਸੀਪਲ ਮੈਮ ਬੁਲਾ ਰਹੇ ਨੇ। ਐਵੇਂ ਤਾਂ ਮੇਰੀ ਆਪ ਬਸ ਵੀ ਮਿਸ ਹੋ ਜਾਣੀ ਹੈ, ਫਿਰ ਮੈਂ ਆਪਣੀ ਧੀ ਕੋਲ ਅੱਜ ਵੀ ਨਹੀਂ ਪਹੁੰਚ ਪਾਣਾ, ਉਹਦੀ ਤਬੀਅਤ ਇੰਨੀ ਖਰਾਬ ਹੈ, ਨਾਲੇ ਉਹਦੇ ਨਾਲ ਗੱਲ ਵੀ ਨਹੀਂ ਹੋ ਪਾ ਰਹੀ, ਪਤਾ ਨਹੀਂ ਉਸ ਬੱਚੀ ਤੇ ਕੀ ਬੀਤਰੀ ਹੋਵੇਗੀ। ਮੈਂ ਕਿੰਨੀ ਬੁਰੀ ਮਾਂ, ਮਾਵਾਂ ਤਾਂ ਆਪਣੇ ਬੱਚਿਆਂ ਲਈ ਦੁਨੀਆ ਨਾਲ ਲੜ ਜਾਂਦੀ ਹੈ, ਤੇ ਮੈਂ ਆਪਣੀ ਬੱਚੀ ਕੋਲ ਪਹੁੰਚਣ ਲਈ ਕੁਛ ਰੁਕਾਵਟਾਂ ਵੀ ਦੂਰ ਨਹੀਂ ਕਰ ਪਾ ਰਹੀ। ਇਸ ਵੇਲੇ ਉਹਨੂੰ ਸਭ ਤੋਂ ਜ਼ਿਆਦਾ ਲੋੜ ਹੈਗੀ ਮੇਰੀ, ਔਰ ਮੈਂ ਹੀ ਉਹਦੇ ਕੋਲ ਨਹੀਂ ਹਾਂ,
ਪਰ ਮੈਂ ਜਾਵਾਂ ਤਾਂ ਕਿਵੇਂ ਜਾਵਾਂ, ਮੈਂ ਕਰਾਂ ਤਾਂ ਕੀ ਕਰਾਂ। ਹੈਲੋ, ਉਹ ਕੀ ਕਰਦੇ ਮੈਡਮ ਜੀ, ਕੱਲ ਵੀ ਤੁਸੀਂ ਬੱਸ ਕੱਢ ਦਿੱਤੀ ਸੀ। ਹਾਂ, ਮੈਨੂੰ ਲੱਗਦਾ ਤੁਸੀਂ ਅੱਜ ਵੀ ਕੱਢ ਦੇਣੀ ਹੈ। 10 ਮਿੰਟ ਹੋ ਗਏ ਨੇ ਬੱਸ ਨੂੰ ਸਟੈਂਡ ਤੇ ਲੱਗੇ ਤੇ ਅਗਲੇ 10 ਮਿੰਟਾਂ ਵਿੱਚ ਉਹ ਵੀ ਨਿਕਲ ਜਾਣੀ ਹੈ। ਜੇ ਜਾਣਾ ਹੈ ਤੇ ਪਹੁੰਚ ਜਾਓ ਛੇਤੀ। ਮੇਰਾ ਬੱਸ ਚੱਲੇ ਤਾਂ ਮੈਂ ਦਰਵਾਜ਼ਾ ਇਹ ਕੰਧਾਂ ਸਭ ਤੋੜ ਕੇ ਆ ਜਾਵਾਂ, ਪਰ ਮੇਰਾ ਬੱਸ ਹੀ ਤਾਂ ਨਹੀਂ ਚੱਲ ਰਿਹਾ। ਪਰ ਮੈਂ ਤਾਂ ਹਾਰ ਮੰਨ ਕੇ ਵੀ ਤਾਂ ਨਹੀਂ ਬਹਿ ਸਕਦੀ। ਸਮਝ ਨਹੀਂ ਆ ਰਿਹਾ ਕਿ ਮੈਂ ਕਰਾਂ ਤੇ ਕੀ ਕਰਾਂ, ਜਾਵਾਂ ਤੇ ਕਿਵੇਂ ਜਾਵਾਂ। ਹਾਂ, ਮੈਨੂੰ ਆਹੀ ਕਰਨਾ ਚਾਹੀਦਾ, ਹੋਰ ਕੋਈ ਰਾਹ ਨਹੀਂ ਹੈ ਮੇਰੇ ਕੋਲ। ਪਰ ਕੀ ਮੈਂ ਐਵੇਂ ਕਰ ਸਕਦੀ ਹਾਂ? ਮੰਮੀ ਜੀ, ਮੰਮੀ ਜੀ, ਮੰਮੀ ਜੀ ਉੱਠੋ ਤੇ ਵੇਖੋ ਆਪਣੇ ਭਤੀਜੀ ਦੇ ਕਾਰਨਾਮੇ। ਸੁਣ ਰਹੇ ਹੋ ਨਾ ਮੰਮੀ ਜੀ, ਰਾਤ ਦੀ ਜਗਾਨ ਤੇ ਲੱਗੀ ਹੋਈ ਹੈ, ਪਰ ਇਹ ਬੁੱਢੀ ਹੈ ਕਿ ਉੱਠੀ ਨਹੀਂ ਰਹੀ। ਪਤਾ ਨਹੀਂ ਕਿਹੜੇ ਸੁਪਨੇ ਵੇਖ ਰਹੀ ਹੈ ਇਸ ਬੁਢਾਪੇ ਵਿੱਚ। ਮੰਮੀ ਜੀ, ਮੰਮੀ ਜੀ, ਜੇ ਰਾਤ ਨੂੰ ਮੈਂ ਮੌਕੇ ਤੇ ਨਹੀਂ ਆਉਂਦੀ ਨਾ, ਤੇ ਇਸ ਵਕਤ ਮਜ਼ੇ ਨਾਲ ਖਰਾਟੇ ਨੀ ਰੌਲਾ ਹੀ ਪਾ ਰਿਹਾ ਹੋਣਾ ਸੀ ਇਹਨੇ। ਵੇਖੋ ਤਾਂ ਕਿਵੇਂ ਮੱਝਾਂ ਵਾਂਗੂ ਸੁੱਤੀ ਪਈ ਹੈ। ਮੰਮੀ ਜੀ, ਹਾਂ ਮੰਮੀ ਜੀ, ਮੈਨੂੰ ਲੱਗਦਾ ਨੀਂਦ ਦੀ ਗੋਲੀਆਂ ਖਾ ਕੇ ਸੁੱਤੀ ਹੈ ਇਹ ਬੁੱਢੀ, ਤਾਂ ਹੀ ਉਹ ਤਾਂ ਉੱਠਣ ਦਾ ਨਾ ਹੀ ਨਹੀਂ ਰਹਿ ਰਹੀ। ਇੱਕ ਵਾਰ ਨਾ ਨੂੰ ਬਣ ਲੈਂਦੇ ਮੈਨੂੰ ਇਸ ਘਰ ਦੀ, ਤੈਨੂੰ ਤਾਂ ਮੈਂ ਨੀਂਦ ਦੀ ਗੋਲੀਆਂ ਦੇ ਕੇ ਹੀ ਰੱਖੂ, ਤੂੰ ਸੁੱਤੀ ਰਵੇ ਨਾ ਤਾਂ ਹੀ ਉਹ ਚੰਗਾ, ਨਹੀਂ ਤਾਂ ਸਾਰਾ ਦਿਨ ਮੇਰੇ ਦਿਮਾਗ ਹੀ ਖਾਂਦੀ ਰਹਿਣਾ ਸੀ। ਮੰਮੀ ਜੀ, ਹੋ ਮੰਮੀ ਜੀ, ਕਿਤੇ ਕੁੰਭਕਰਨ ਦਾ ਜੂਠਾ ਤੇ ਨੀ ਖਾ ਲਿਆ ਤੁਸੀਂ? ਉੱਠਣ ਦਾ ਨਾਮ ਹੀ ਨੀ ਲੈ ਰਹੇ, ਹੱਦ ਹੀ ਹੋ ਗਈ ਹੈ। ਜੀ ਕਰਦਾ ਇਹਨੂੰ ਪੱਕੇ ਸਵਾਦ ਵਾ। ਬੁੱਟੀਏ, ਨੀ ਬੁੱਟੀਏ, ਕੌਣ ਹੈ? ਮੰਮੀ ਜੀ, ਮੈਂ ਆ ਮੋਨਾ। ਮੋੜਾ ਹੀ ਹੋਰ ਰਹਿ ਲੈਂਦੀ ਤੇਰੀ ਮਾਂ ਕੋਲੇ, ਕੀ ਲੋੜ ਸੀ ਮੁੜ ਕੇ ਆਉਣ ਦੀ, ਜਦ ਸਾਰਾ ਕੁਛ ਮੈਂ ਕੱਲੀ ਨੇ ਕਰ ਲਿਆ ਨਾ। ਹੁਣ ਜਾ, ਤੁਰ ਜਾ, ਸੰਭਾਲ ਲੂ ਮੈਂ ਆਪੇ ਸਭ ਕੁਛ। ਆਹੋ, ਉਹ ਤਾਂ ਮੈਂ ਵੇਖ ਹੀ ਰਹੀ ਹਾਂ ਕਿ ਕਿਵੇਂ ਸੰਭਾਲਿਆ ਸਾਰਾ ਕੁਛ ਤੁਸੀਂ। ਜੇ ਮੈਂ ਰਾਤ ਨੂੰ ਮੌਕੇ ਤੇ ਨਾ ਆਉਂਦੀ ਨਾ, ਤੇ ਤੁਹਾਡੀ ਲੰਕਾ ਨੂੰ ਲੱਗੀ ਸੀ ਅੱਗ ਲੱਗਣ, ਉਹ ਤਾਂ ਮੈਂ ਆ ਕੇ ਸਭ ਕੁਛ ਸਾਂਭ ਲਿਆ। ਸਵੇਰੇ ਸਵੇਰੇ ਨਾ ਮੇਰਾ ਦਿਮਾਗ ਨਾ ਖਰਾਬ ਕਰ, ਮਰ ਗਈ ਮੈਂ ਸਕੀਮਾਂ ਘੜਦੀ, ਜਦ ਸਾਰਾ ਕੁਛ ਲੋਟ ਆ ਗਿਆ ਨਾ, ਹੁਣ ਆ ਗਈ ਸੇਰਾ ਆਪਣੇ ਸਿਰ ਤੇ ਸਜਾਉਣ ਨੂੰ। ਚੱਲ ਜਾ, ਦਫਾ ਹੋ ਜਾ ਇੱਥੋਂ, ਸੌਣ ਦੇ ਮੈਨੂੰ ਆਰਾਮ ਨਾਲ। ਠੀਕ ਹੈ, ਸੋ ਜਾਓ, ਜਿੰਨੀ ਚੈਨ ਦੀ ਨੀਂਦ ਸੋਣਾ ਨਾ ਹੁਣੇ ਸੋ ਜਾਓ, ਅੱਜ ਤੋਂ ਬਾਅਦ ਨਹੀਂ ਮਿਲਦੀ ਤੁਹਾਨੂੰ ਏਦਾਂ ਦੀ ਚੈਨ ਦੀ ਨੀਂਦ ਸੋਣਾ। ਭੱਜ ਲੈਣ ਦੋ, ਤੁਹਾਡੀ ਨੂੰ ਜੇ ਘਰੋਂ ਭੱਜਦੀ ਹੈ ਨਾ, ਉਹਨੂੰ ਭੱਜ ਲੈਣ ਦੋ, ਉਹ ਵੀ ਤੁਹਾਡੀ ਲਾਡਲੀ ਸਿਮਰਨ ਦੀ ਮਦਦ ਨਾਲ। ਨਾ ਤੇਰਾ ਮਤਲਬ ਕੀ ਹੈ ਕੁੜੀਏ? ਰਹਿਣ ਦੋ ਮੰਮੀ ਜੀ, ਤੁਸੀਂ ਮੇਰੇ ਕਰਕੇ ਨੀ ਆਪਣੇ ਮਤਲਬ ਲਈ ਉੱਠ ਕੇ ਬੈਠੇ ਹੋ। ਤੂੰ ਦੱਸਦੀ ਹੈ ਕਿ ਨਹੀਂ? ਠੀਕ ਹੈ, ਤਾਂ ਫਿਰ ਸੁਣੋ। ਮੈਂ ਮਰ ਗਈ, ਹਾਏ ਨੀ ਮੇਰਾ ਤਾਂ ਚਾਬੀਆਂ ਦਾ ਗੁੱਛਾ ਉਹ ਲੈ ਗਈ, ਨੀ ਤੇਰਾ ਕੱਖ ਨਾ ਰਹੇ, ਨੀ ਤੇਰਾ ਸਿਮੀਏ, ਹਾਏ ਨੀ ਤੂੰ ਆਪਦੇ ਘਰ ਚ ਡਾਕੇ ਮਰਨ ਲੱਗੀ ਏ, ਉਹ ਵੀ ਉਸ ਮਨਹੂਸ ਪਾਵਨੀ ਪਿੱਛੇ, ਨੀ ਤੈਨੂੰ ਹੁਣ ਭੂਆ ਨਾਲ ਵੱਧ ਕੇ ਉਹ ਸਕੀ ਹੋ ਗਈ, ਹੁਣ ਨੀ ਛੱਡਦੀ ਇਹਨੂੰ ਮੈਂ, ਤੂੰ ਮੇਰੇ ਧੱਕੇ ਛੱਡ ਲੈ ਕਰੀ, ਤੇਰੇ ਟੋਟੇ ਕਰਕੇ ਤੈਨੂੰ ਨਹਿਰ ਚ ਨਾ ਸੁੱਟਿਆ, ਮੈਨੂੰ ਵੀ ਲਾਜੋ ਨਾ ਕਹੇ। ਉਹਦੇ ਟੋਟੇ ਨਾ ਮੰਮੀ ਜੀ ਬਾਅਦ ਚੋ ਕਰੋ, ਪਹਿਲੇ ਜਾ ਕੇ ਪਾਵਨੀ ਦੇ ਰੋਕੇ ਕਰੋ, ਉਹਦੇ ਸਿਰ ਤੇ ਨਾ ਭੂਤ ਸਵਾਰ ਹੋਇਆ ਪਿਆ, ਉੱਡ ਜਾਣਾ ਉਹਨੇ ਕਿਤੇ, ਆ ਲੋ ਫੜੋ ਤੁਹਾਡੇ ਘਰ ਦੀ ਚਾਬੀਆਂ ਦਾ ਗੁੱਛਾ। ਕੱਢ ਤਾਂ ਨਹੀਂ ਲਈ ਵਿੱਚੋਂ ਇੱਕ ਅੱਧੀ? ਮੰਮੀ ਜੀ, ਜੇ ਮੈਂ ਸਾਰਾ ਦਿਨ ਤੁਹਾਡੀ ਆਰਤੀ ਵੀ ਕਰਦੀ ਰਵਾਂ ਨਾ, ਮੈਂ ਤਾਂ ਵੀ ਤੁਹਾਡੀ ਨਾ ਸਗੀ ਨਹੀਂ ਬਣ ਸਕਦੀ।
ਮੈਂ ਨਾ ਇਸ ਘਰ ਵਿਚ ਹੀ ਰਹਿਣਾ, ਪਰ ਮੈਨੂੰ ਪਤਾ ਕਿ ਤੁਹਾਡੇ ਨਾਲ ਪੰਗਾ ਲੈ ਕੇ ਤਾਂ ਮੈਂ ਇਸ ਘਰ ਵਿਚ ਰਹਿ ਨਹੀਂ ਸਕਦੀ। ਚਾਬੀਆਂ ਨਾ ਗਿਣ ਲੋ, ਇੱਕ ਵੀ ਨੂੰ ਹੱਥ ਨਹੀਂ ਲਾਇਆ ਮੈਂ। ਲੈ ਮੰਨਾ, ਤੂੰ ਤਾਂ ਉਂਝ ਹੀ ਗੁੱਸਾ ਕਰ ਗਈ, ਮੈਂ ਤਾਂ ਤੈਨੂੰ ਮਜ਼ਾਕ ਕਰਦੀ ਪਈ ਸੀ। ਇਸ ਤੋਂ ਪਹਿਲਾਂ ਉਹ ਭਾਵਨੀ ਤੁਹਾਡੇ ਨਾਲ ਮਜ਼ਾਕ ਕਰੇ, ਚੱਲ ਲੋ ਮਾਤਾ ਸ਼੍ਰੀ। ਚੱਲ ਤੂੰ, ਹੁਣ ਤਾਂ ਮੈਂ ਹੁਣੇ ਕਰਦੀ ਆ ਸੂਤ। ਚੱਲ ਚੱਲ ਛੇਤੀ ਚੱਲ।